ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਦੋਸਤੋ, ਆਪਾਂ ਇਸ ਵੀਡੀਓ 'ਚ ਤੁਹਾਨੂੰ ਦੱਸਾਂਗੇ ਕਿ ਤੁਸੀਂ ਡੰਮੀ ਟਿਕਟ ਕਿੱਦਾਂ ਰੈਡੀ ਕਰਨੀ ਹੈ ਨਾਲ, ਠੀਕ ਹੈ ਜੀ। ਕਿ ਜਿਹੜੇ ਐਮਬੈਸੀ ਵਿੱਚ ਮੰਗਦੇ ਨੇ ਕਿ ਨਾਲ ਤੁਹਾਨੂੰ ਡੰਮੀ ਟਿਕਟ ਲਾਉਣੀ ਪੈਣੀ ਹੈ, ਜਾਂ ਮਤਲਬ ਕੋਈ ਵੀ ਆਪਣੀ ਪ੍ਰੈਫਰੈਂਸ ਡੇਟ ਦੱਸਣੀ ਪੈਣੀ ਹੈ। ਸੋ ਡੰਮੀ ਟਿਕਟ ਰੈਡੀ ਕਰਨ ਵਾਸਤੇ ਜਮਾਂ ਹੀ ਸਿੰਪਲ ਜਿਹਾ ਪ੍ਰੋਸੈਸ ਹੈ। ਤੁਸੀਂ ਕੀ ਕਰਨਾ ਜੀ, ਗੂਗਲ 'ਤੇ ਟਾਈਪ ਕਰਨਾ ਕੀ ਫਲਾਈਟ, ਕੀ ਫਲਾਈਟ ਡੋਟ ਫਲਾਈਟ ਲਿਖ ਦੇਣਾ। ਉਸ ਤੋਂ ਬਾਅਦ ਐਂਟਰ ਕਰਨਾ ਜੀ। ਕੀ ਫਲਾਈਟ ਤੋਂ ਬਾਅਦ ਤੁਸੀਂ ਕਲਿੱਕ ਕਰਨਾ ਜੀ ਆ ਫਸਟ ਲਿੰਕ 'ਤੇ, ਕੀ ਫਲਾਈਟ ਡੋਟ ਆਈ ਓ, ਠੀਕ ਹੈ। ਇਸ 'ਤੇ ਕਲਿੱਕ ਕਰੋ ਜਾਂ ਫਿਰ ਇਸ 'ਤੇ ਕਲਿੱਕ ਕਰ ਦਿਓ ਫਲਾਈਟ ਟਿਕਟ ਜਨਰੇਟਰ, ਠੀਕ ਹੈ ਜੀ। ਉਸ ਤੋਂ ਬਾਅਦ ਤੁਸੀਂ ਆਪਣਾ ਇੱਥੇ ਲਿਖਣਾ ਜੀ ਏਅਰਪੋਰਟ, ਕਿਹੜੇ ਏਅਰਪੋਰਟ ਤੋਂ ਤੁਸੀਂ ਜਾਣਾ ਚਾਹੁੰਦੇ ਹੋ। ਸਪੋਜ਼ ਕਰੋ ਆਪਾਂ ਦਿੱਲੀ ਤੋਂ, ਮੋਸਟਲੀ ਜ਼ਿਆਦਾ ਲੋਕ ਆਪਣੇ ਜਾਂਦੇ ਨੇ ਦਿੱਲੀ ਤੋਂ। ਆਪਾਂ ਸਿਲੈਕਟ ਕਰਕੇ ਆਪਾਂ ਰੋਮ ਦਾ ਭਰਨਾ, ਠੀਕ ਹੈ ਜੀ। ਰੋਮ ਦਾ ਸਿਲੈਕਟ ਕਰਕੇ ਆਪਾਂ ਡੇਟ ਲਿਖ ਦੇਣੀ ਹੈ ਜੀ, ਮੰਨ ਲਓ ਬਾਈ ਦਾ ਵੇ 15 ਕੁ ਦਿਨਾਂ ਦੀ ਤੁਸੀਂ ਡੇਟ ਰੱਖੀ ਉਹਦੇ ਵਿੱਚ। ਤੁਸੀਂ ਮੰਨ ਲਓ ਆਪਾਂ ਕਰਦੇ ਹਾਂ ਜੀ 25 ਤਰੀਕ ਦਾ ਲਾ ਦਿੰਦੇ ਡਿਪਾਰਚਰ, 25/08/2020, ਠੀਕ ਹੈ ਜੀ। ਇੱਥੇ ਆਪਾਂ ਨਾਮ ਲਿਖ ਦੇਣਾ ਜੀ ਪੈਸੇਂਜਰ ਦਾ, ਕਿ ਹਾਂ ਮੰਨ ਲਓ ਆਪਾਂ ਲੈ ਦਿੰਦੇ ਹਾਂ ਜੀ ਸਿੰਘ ਮਨਿੰਦਰ ਲੈ ਦਿੰਦੇ ਹਾਂ, ਠੀਕ ਹੈ ਜੀ। ਇਸ 'ਤੇ ਆਪਾਂ ਇੱਕ PNR ਕੋਡ ਭਰ ਦੇਣਾ ਕੋਈ ਵੀ, ਮਤਲਬ 6 ਅਕਸ਼ਰਾਂ ਦਾ ਤੁਸੀਂ ਕੋਡ ਭਰ ਦਿਓ। ਅਤੇ 6 ਅਕਸ਼ਰਾਂ ਦਾ ਕੋਡ ਭਰ ਕੇ ਕੋਈ ਵੀ, ਮਤਲਬ ਕੋਈ ਵੀ ਤੁਸੀਂ ਸਿਲੈਕਟ ਕਰ ਸਕਦੇ ਹੋ, ਚਾਹੇ ਮਤਲਬ ਨੰਬਰ ਪਾ ਲਓ ਵਿੱਚ ਜਾਂ ਐਲਫਾਬੈਟ ਪਾ ਲਓ। ਉਸ ਤੋਂ ਬਾਅਦ ਆਪਣੀ ਈਮੇਲ ID ਭਰ ਕੇ ਅਤੇ ਇਸ 'ਤੇ ਤੁਸੀਂ ਕਲਿੱਕ ਕਰਨਾ ਨਾਲ, ਅਤੇ ਸਰਚ ਫਲਾਈਟ ਕਰ ਦੇਣਾ ਕਲਿੱਕ। ਸਾਰੇ ਫਲਾਈਟ ਤੋਂ ਬਾਅਦ ਦੇਖ ਲਓ ਜੀ ਤੁਹਾਡੇ ਕੋਲ ਲਿਫਤਾਂਸਾ ਦੇ ਟਾਈਮਿੰਗਸ ਆ ਗਈਆਂ ਨੇ। ਇਹ ਟਿਕਟਾਂ ਨਹੀਂ ਹੈਗੀਆਂ ਮਤਲਬ, ਅਤੇ ਇਹ ਸਿਰਫ ਤੁਹਾਨੂੰ ਇੱਕ ਡੰਮੀ ਟਿਕਟ ਬਣ ਦੇਣੀ ਹੈ ਇਹਦੇ ਵਿੱਚ, ਠੀਕ ਹੈ। ਲੁਫਤਾਂਸਾ ਦਾ ਟਾਈਮ ਟੇਬਲ ਆ ਗਿਆ ਜੀ, ਆ ਦੇਖੋ 25 ਅਗਸਤ ਦੀ ਫਲਾਈਟ ਹੈ, 14 ਘੰਟੇ ਦੀ ਟ੍ਰਿਪ ਹੈ ਟੋਟਲ, ਠੀਕ ਹੈ। ਇਹ ਟਾਈਮਿੰਗ ਜਾਣ ਦੀ ਇਹ ਅਰਾਈਵਲ ਟਾਈਮ ਹੈ। ਆਪਾਂ ਕਲਿੱਕ ਕਰ ਦੇਣਾ ਜੀ ਇੱਥੇ ਜਨਰੇਟ ਟਿਕਟ ਫੋਰ ਫਰੀ। ਆਪਾਂ ਉਸ ਤੋਂ ਬਾਅਦ ਕਲਿੱਕ ਕਰਨਾ ਜੀ, ਇੱਕ ਤਾਂ ਹੈਗੀਆਂ ਪੇ ਕਰਨ ਵਾਲੀਆਂ, ਆਪਾਂ ਕਰਨਾ ਜੀ ਸਿੰਪਲ ਟਿਕਟ 'ਤੇ ਕਲਿੱਕ। ਆਹ ਦੇਖੋ ਜੀ ਸਿੰਪਲ ਟਿਕਟ 'ਤੇ ਕਲਿੱਕ ਕਰਨ ਤੋਂ ਬਾਅਦ ਆਪਣੇ ਕੋਲ ਆ ਗਈ ਹੈ ਜੀ ਆਇਡਨਰੀ। ਆ ਇਸ ਤੋਂ ਬਾਅਦ ਤੁਸੀਂ ਆਪਣਾ ਫੋਨ ਤੋਂ ਸਕਰੀਨਸ਼ੂਟ ਕਰ ਸਕਦੇ ਹੋ ਅਤੇ ਇਹਨੂੰ ਪ੍ਰਿੰਟ ਕਰਕੇ ਤੁਸੀਂ ਐਮਬੈਸੀ ਵਿੱਚ ਨਾਲ ਅਟੈਚ ਕਰ ਸਕਦੇ ਹੋ, ਠੀਕ ਹੈ ਜੀ। ਸੋ ਆਹ ਸਿੰਪਲ ਜਿਹਾ ਪ੍ਰੋਸੈਸ ਹੈ, ਮਤਲਬ ਜ਼ਿਆਦਾ ਕੋਈ ਔਖਾ ਨਹੀਂ ਹੈਗਾ, ਠੀਕ ਹੈ ਜੀ। ਅਤੇ ਇੱਦਾਂ ਵਾ ਸਾਰਾ ਪ੍ਰੋਸੈਸ ਆਪਣਾ ਜਿਹੜੀ ਡੰਮੀ ਟਿਕਟ ਬਣਾਉਣ ਦਾ। ਅਤੇ ਜੇ ਕਿਸੇ ਨੂੰ ਕੋਈ ਨਹੀਂ ਸਮਝ ਆ ਰਹੀ ਤਾਂ ਮੈਨੂੰ ਆਪਣਾ ਨਾਮ ਸੈਂਡ ਕਰ ਦਿਓ, ਮੈਂ ਬਣਾ ਕੇ ਭੇਜ ਦੂੰਗਾ, ਕੋਈ ਚੱਕਰ ਨਹੀਂ ਹੈਗਾ, ਠੀਕ ਹੈ ਜੀ। ਥੈਂਕ ਯੂ ਸੋ ਮਚ।